ਪੰਜਾਬ ਸਟੇਟ ਜਿਹੜਾ ਬਿਜਲੀ ਬੋਰਡ ਹੈ ਉਹਨੇ 1370 ਨੌਕਰੀਆਂ ਕੱਢੀਆਂ, ਭਰਤੀ ਕੀਤੇ 1370। ਉਹਨਾਂ ਵਿੱਚੋਂ ਹਰਿਆਣੇ ਦੇ 534 ਸੀ, ਹਰਿਆਣੇ ਦੇ ਬੱਚੇ 534 ਸੀ ਅਤੇ ਰਾਜਸਥਾਨ ਦੇ 94 ਸੀ। ਸਬ ਇੰਸਪੈਕਟਰ ਪੁਲਿਸ ਦੇ ਆਏ ਹੈ ਮਾਨਸਾ ਜ਼ਿਲ੍ਹੇ ਤੋਂ 7, 6 ਹਰਿਆਣੇ ਦੇ ਹੈ। ਹੈਲਥ ਸਿਸਟਮ ਕਾਰਪੋਰੇਸ਼ਨ 'ਚ 312 ਦੇ ਬੰਦੇ ਲੱਖੇ ਗਏ ਹੈ। ਐਨੀਮਲ ਹਸਬੈਂਡਰੀ ਡਿਪਾਰਟਮੈਂਟ 'ਚ 664 ਬੰਦੇ ਟੋਟਲ ਰੱਖੇ, ਉਹਨਾਂ ਵਿੱਚੋਂ 530 ਲੋਕ ਪੰਜਾਬ ਦੇ ਆ ਅਤੇ 134 ਉਹਨਾਂ 'ਚੋਂ ਉਹਦੇ ਬਾਅਦ ਹਰਿਆਣੇ ਅਤੇ ਰਾਜਸਥਾਨ ਦੇ ਆ। ਜਦੋਂ ਤੁਸੀਂ ਇਸ਼ਤਿਹਾਰ ਕੱਢਿਆ ਕਰੋ, ਵੇਰਵਾ ਦਿਆ ਕਰੋ ਕਿ ਕਿਹੜੀਆਂ ਪੋਸਟਾਂ ਅਸੀਂ ਭਰੀਆਂ, ਉਹਦੇ 'ਚ ਕਿੰਨੇ ਪੰਜਾਬ ਦੇ ਆ, ਕਿੰਨੇ ਬਾਹਰ ਦੇ ਆ, ਆਹ ਵੀ ਵੇਰਵਾ ਦੇਣਾ ਚਾਹੀਦਾ। ਜਿੱਥੇ ਲੋਕਾਂ ਨੂੰ ਸਹੂਲਤਾਂ ਮਿਲੀਆਂ ਸੀ ਉਹ ਸੇਵਾ ਕੇਂਦਰ ਦਾ ਰੰਗ ਬਦਲ ਕੇ ਉਹਨੂੰ ਮੁਹੱਲਾ ਕਲੀਨਿਕ ਬਣਾਤਾ, ਜਿੱਥੇ ਇੱਕ ਡਾਕਟਰ ਹੈ, ਇੱਕ ਨਰਸ ਹੈ। ਉਹ ਵੀ ਡਾਕਟਰ ਪਹਿਲੇ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਹੁੰਦੇ, ਚੱਕ ਕੇ ਉੱਥੇ ਰੱਖਤਾ। ਆਹ ਤੁਹਾਡੀ ਵਰਲਡ ਕਲਾਸ ਹੈਲਥ ਫੈਸਿਲਿਟੀ ਹੈ? ਕਹਿੰਦੇ ਕਿ ਜੀ ਆਮ ਆਦਮੀ ਪਾਰਟੀ ਦੇ ਜਿਹੜੇ MLA ਹੈ, ਨਸ਼ਾ ਵੇਚਣ ਵਾਲਿਆਂ ਨਾਲ ਉਹਨਾਂ ਨਾਲ ਮਹੀਨਾ ਬੰਨ ਲਿਆ ਹੈ। ਕੋਈ 5 ਲੱਖ ਲੈ ਰਿਹਾ, ਕੋਈ 10 ਲੱਖ ਲੈ ਰਿਹਾ, 15 ਲੱਖ ਲੈ ਰਿਹਾ, ਅਤੇ ਸਾਨੂੰ ਕਿਹਾ ਗਿਆ ਕਿ ਇਸ ਬੰਦੇ ਨੂੰ ਨਹੀਂ ਫੜਨਾ। ਮੈਂ ਪੁੱਛਣਾ ਚਾਹੁੰਦਾ ਹੈ, ਕਰਪਸ਼ਨ ਬੰਦ ਕਰਤੀ, ਅਮਿਤ ਰਤਨ ਨੂੰ ਫੜਿਆ ਗਿਆ, ਉਹ ਹਾਲੇ ਵੀ ਤੁਹਾਡੇ ਨਾਲ ਬਹਿੰਦਾ? ਜਿਹੜਾ ਤੁਹਾਡਾ ਫੌਜਾ ਸਿੰਘ ਸਰਾਰੀ ਹੈ, ਉਹਦੀ ਵੀਡੀਓ ਟੇਪ ਆ ਗਈ ਹੈ, ਉਹਦੀ ਕਰਪਸ਼ਨ ਦਾ ਫਿਰ ਕੀ ਹੋਇਆ? ਤੁਹਾਡੇ ਨਾਲ ਹੀ ਹੁੰਦਾ ਹੁਣ ਅਮਿਤ ਜਿਹੜਾ ਹੈਗਾ, ਵਿਜੇ ਸਿੰਗਲਾ ਤੁਹਾਡਾ ਹੀ MLA, 3 MLA ਨਾਂ ਲੈ ਲੈਂਦੇ। ਡਾਰੂ ਚੱਕ ਜਿਹਦੀ ਅਸਲੀਲ ਵੀਡੀਓ ਆ ਗਈ ਆ, ਨਾਂ ਨਹੀਂ ਦੱਸਿਆ ਕੀ ਕਿੰਨੇ ਕਿੱਥੇ ਰੈਵੋਲਿਊਸ਼ਨ ਲਿਆਉਂਦੀ ਹੈ, ਕੀ ਪ੍ਰਾਪਤੀ ਆ, ਕੁਛ ਨਹੀਂ, ਇਕੱਲਾ ਹੈਡਿੰਗ ਦੇਣੀ ਸੀ, ਰੈਵੋਲਿਊਸ਼ਨ ਲਿਆ ਦਿੱਤੀ ਹੈ। ਮਤਲਬ ਯੋਗਾ ਕਰਾਉਣ 'ਤੇ ਇਹਨੇ ਉਦੋਂ ਵੀ 30 ਕਰੋੜ ਰੁਪਇਆ ਲਾਇਆ ਸੀ ਪੂਰੇ ਦੇਸ਼ ਵਿੱਚ ਦੱਸਣ ਵਾਸਤੇ ਕਿ ਮੈਂ ਯੋਗਾ ਕਰਾਉਣਾ ਇੱਕ ਦਿਨ ਵਾਸਤੇ। ਆਹ ਇਹਨਾਂ ਦੀ ਪ੍ਰਾਪਤੀ ਹੈ ਜੀ, ਇਹ 1.5 ਸਾਲ ਦੀ। 50,000 ਕਰੋੜ ਰੁਪਇਆ ਕਰਜ਼ਾ ਤੁਸੀਂ ਚਾੜ ਦਿੱਤਾ 1.5 ਸਾਲ ਦੇ ਅੰਦਰ, ਅਤੇ ਇੱਕ ਨਵੀਂ ਸੜਕ ਦਾ ਨਾਂ ਨਹੀਂ ਲਿੱਤਾ ਤੁਸੀਂ, ਮੈਂ ਆਹ ਕੀਤਾ, ਇੱਕ ਹਾਈਵੇ ਦਾ ਨਾਂ ਨਹੀਂ ਦਿੱਤਾ, ਇਹ ਕੋਈ ਏਅਰਪੋਰਟ ਦਾ ਨਾਂ ਨਹੀਂ, ਕੋਈ ਮੈਡੀਕਲ ਕਾਲਜ ਦਾ ਨਹੀਂ, ਤੁਹਾਡਾ ਫਿਰ 50,000 ਕਰੋੜ ਰੁਪਇਆ ਲੱਗਿਆ ਕਿੱਥੇ ਹੈ? ਯੋਗਾ ਕਰਾਉਣ ਵਾਸਤੇ। ਆਦਮੀ ਸਰਕਾਰ ਨੇ ਕਿਹਾ ਕਿ 1.5 ਸਾਲਾਂ 'ਚ ਅਸੀਂ ਪੰਜਾਬ ਵਿੱਚ ਬਹੁਤ ਤਰੱਕੀ ਲਿਆਂਦੀ ਹੈ। ਮੈਂ ਉਹਦੇ ਥੱਲੇ ਦੇਖਿਆ ਕੀ ਇਹਨਾਂ ਨੇ ਲਿਖਿਆ ਤਰੱਕੀ ਲਿਆਂਦੀ ਹੈ, ਹੈਰਾਨ ਰਹਿ ਗਿਆ ਕਿ ਐਡੇ ਵੱਡੇ ਝੂਠ। ਅਤੇ ਆਹ ਜਿਹੜਾ ਇਸ਼ਤਿਹਾਰ ਹੈ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਆਹ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਹਰ ਅਖਬਾਰ ਵਿੱਚ ਦਿੱਤਾ ਗਿਆ। ਮੈਨੂੰ ਲੱਗਦਾ ਇਸ਼ਤਿਹਾਰ ਦੇ ਵਿੱਚ ਘੱਟ ਤੋਂ ਘੱਟ 25-30 ਕਰੋੜ ਰੁਪਇਆ ਲੱਗਿਆ ਹੋਣਾ ਪੂਰੇ ਦੇਸ਼ ਵਿੱਚ ਅੱਜ ਦੇ ਦਿਨ 'ਚ ਇਹਨਾਂ ਦੇ ਝੂਠ ਦੱਸਣ ਵਾਸਤੇ। ਆਹ ਝੂਠ ਕਿਉਂ ਬੋਲਦੇ ਹੈ? ਕਿਉਂਕਿ ਪੰਜਾਬ ਦੇ ਖਜ਼ਾਨੇ ਦਾ ਪੈਸਾ ਆ ਦੂਜੇ ਸੂਬਿਆਂ ਵਿੱਚ ਆਪਣਾ ਪ੍ਰਚਾਰ ਕਰਨ ਵਾਸਤੇ, ਆਪਣੀ ਆਮ ਆਦਮੀ ਪਾਰਟੀ ਨੂੰ ਖੜ੍ਹਾ ਕਰਨ ਵਾਸਤੇ, ਕੇਜਰੀਵਾਲ ਨੂੰ ਖੜ੍ਹਾ ਕਰਨ ਵਾਸਤੇ ਲਾਉਂਦੇ ਆ। ਹੁਣ ਇਹਦੇ 'ਚ ਕੀ ਝੂਠ ਬੋਲਿਆ? ਸਭ ਤੋਂ ਪਹਿਲਾ ਝੂਠ ਹੈ, ਕਹਿ ਰਿਹਾ ਜੀ ਕਿ 37,000 ਨੌਕਰੀਆਂ ਅਸੀਂ ਦੇਤੀਆਂ 1.5 ਸਾਲ 37,000। ਮੁੱਖ ਮੰਤਰੀ ਸਾਹਿਬ ਮੈਨੂੰ ਉਹ ਨਾਂ ਤਾਂ ਦੱਸੋ, ਕਿਹੜੀ ਕਿਹੜੀ ਨੌਕਰੀਆਂ ਦਿੱਤੀਆਂ, ਕਿਹੜੀਆਂ ਪੋਸਟਾਂ ਦਿੱਤੀਆਂ, ਜਿਹੜੀਆਂ 3-4 ਹਜ਼ਾਰ ਨੌਕਰੀਆਂ ਦਿੱਤੀਆਂ। ਮੈਂ ਉਹਨਾਂ ਦਾ ਵੇਰਵਾ ਦੇਣਾ ਚਾਹੁੰਦਾ ਜਿਹੜੀਆਂ ਤੁਹਾਡੀ ਸਰਕਾਰ ਨੇ ਦਿੱਤੀਆਂ। ਪੰਜਾਬ ਸਟੇਟ ਜਿਹੜਾ ਬਿਜਲੀ ਬੋਰਡ ਹੈ ਉਹਨੇ 1370 ਨੌਕਰੀਆਂ ਕੱਢੀਆਂ, ਭਰਤੀ ਕੀਤੇ 1370। ਉਹਨਾਂ ਵਿੱਚੋਂ ਹਰਿਆਣੇ ਦੇ 534 ਸੀ, ਹਰਿਆਣੇ ਦੇ ਬੱਚੇ 534 ਸੀ
ਤੇ ਰਾਜਸਥਾਨ ਦੇ 94 ਸੀ। ਇੱਕ ਸਬ ਇੰਸਪੈਕਟਰ ਪੁਲਿਸ ਦੇ ਆਏ ਹੈ ਮਾਨਸਾ ਜ਼ਿਲ੍ਹੇ ਤੋਂ, 7-6 ਹਰਿਆਣੇ ਦੇ ਹੈ। ਹੈਲਥ ਸਿਸਟਮ ਕਾਰਪੋਰੇਸ਼ਨ 'ਚ 312 ਦੇ ਬੰਦੇ ਲੱਖੇ ਗਏ ਹੈ। ਐਨੀਮਲ ਹਸਬੈਂਡਰੀ ਡਿਪਾਰਟਮੈਂਟ 'ਚ 664 ਬੰਦੇ ਟੋਟਲ ਰੱਖੇ, ਉਹਨਾਂ ਵਿੱਚੋਂ 530 ਲੋਕ ਪੰਜਾਬ ਦੇ ਆ ਅਤੇ 134 ਉਹਨਾਂ 'ਚੋਂ ਉਹਦੇ ਬਾਅਦ ਹਰਿਆਣੇ ਅਤੇ ਰਾਜਸਥਾਨ ਦੇ ਆ। ਅਤੇ ਫਿਰ ਐਡਾ ਵੱਡਾ ਝੂਠ, ਜਦੋਂ ਤੁਸੀਂ ਇਸ਼ਤਿਹਾਰ ਕੱਢਿਆ ਕਰੋ, ਵੇਰਵਾ ਦਿਆ ਕਰੋ ਕਿ ਕਿਹੜੀਆਂ ਪੋਸਟਾਂ ਅਸੀਂ ਭਰੀਆਂ, ਉਹਦੇ 'ਚ ਕਿੰਨੇ ਪੰਜਾਬ ਦੇ ਆ, ਕਿੰਨੇ ਬਾਹਰ ਦੇ ਆ, ਆਹ ਵੀ ਵੇਰਵਾ ਦੇਣਾ ਚਾਹੀਦਾ ਜਦੋਂ ਅਸਲੀਅਤ ਪਤਾ ਲੱਗੂਗੀ। ਦੂਜੀ ਗੱਲ ਇਹਨਾਂ ਨੇ ਕਹੀ ਹੈ, ਮੈਂ ਵਰਲਡ ਕਲਾਸ ਹੈਲਥ ਫੈਸਿਲਿਟੀਜ਼ ਬਣਾਤੀਆਂ ਜੀ ਭਗਵੰਤ ਮਾਨ ਦੀ ਸਰਕਾਰ ਨੇ। ਕੀ ਫੋਟੋ ਲਾਈ ਹੈ, ਜਿਹੜਾ ਸੇਵਾ ਕੇਂਦਰ ਅਸੀਂ ਬਣਾਇਆ ਸੀ ਜਿੱਥੇ ਲੋਕਾਂ ਨੂੰ ਸਹੂਲਤਾਂ ਮਿਲੀਆਂ ਸੀ, ਉਹ ਸੇਵਾ ਕੇਂਦਰ ਦਾ ਰੰਗ ਬਦਲ ਕੇ ਉਹਨੂੰ ਮਹੱਲਾ ਕਲੀਨਿਕ ਬਣਾਤਾ। ਹੁਣ ਮਹੱਲਾ ਕਲੀਨਿਕ ਨੂੰ ਵਰਲਡ ਕਲਾਸ ਆ ਕਹਿ ਰਿਹਾ ਹੈਲਥ ਫੈਸਿਲਿਟੀ, ਵਰਲਡ ਕਲਾਸ ਹੈਲਥ ਮਹੱਲਾ ਕਲੀਨਿਕ, ਜਿੱਥੇ ਇੱਕ ਡਾਕਟਰ ਹੈ, ਇੱਕ ਨਰਸ ਹੈ। ਉਹ ਵੀ ਡਾਕਟਰ ਪਹਿਲੇ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਹੁੰਦੇ, ਚੱਕ ਕੇ ਉੱਥੇ ਰੱਖਤਾ। ਆਹ ਤੁਹਾਡੀ ਵਰਲਡ ਕਲਾਸ ਹੈਲਥ ਫੈਸਿਲਿਟੀ ਹੈ? ਨਾਲੇ ਲਿਖਿਆ ਇਹਨਾਂ ਨੇ ਕਿ ਅਸੀਂ ਮਹੱਲਾ ਕਲੀਨਿਕ ਬਣਾਇਆ, ਜਿਹੜਾ ਇੱਥੇ ਲਿਖਿਆ ਹੈ ਅਸੀਂ 564 ਮਹੱਲਾ ਕਲੀਨਿਕ ਬਣਾਏ ਹੈ ਜਿਹੜੇ ਵਰਲਡ ਕਲਾਸ ਹੈਲਥ ਫੈਸਿਲਿਟੀ ਹੈ। ਤੀਜੀ ਗੱਲ ਜਿਹੜੀ ਹੈ ਕਿ ਇਨਵੈਸਟਮੈਂਟ ਬਹੁਤ ਵੱਧ ਗਈ ਜੀ, ਐਂ ਨਹੀਂ ਦੱਸਿਆ ਕਿ ਕਿਹੜੀ ਫੈਕਟਰੀ ਆ ਗਈ ਜੀ, ਕਿੰਨੇ ਕਿੰਨੇ ਪ੍ਰੋਜੈਕਟ ਆਏ, ਕਿਹੜੇ ਪ੍ਰੋਜੈਕਟ ਦਾ ਨਾਂ ਕੀ ਹੈ, ਕੁਛ ਨਹੀਂ ਦੱਸਿਆ। ਕਹਿੰਦਾ ਜੀ 50,000 ਕਰੋੜ ਦੇ ਅਸੀਂ ਪ੍ਰੋਜੈਕਟ ਇਨਵੈਸਟਮੈਂਟ ਲਿਆਉਂਦੀ ਹੈ। ਲਿਆਉਂਦੀ ਹੈ ਕਿੱਥੇ? ਲਿਆਉਂਦੀ ਹੈ ਨਾਂ ਫੈਕਟਰੀਆਂ ਦਾ ਨਾਂ ਤਾਂ ਦੱਸੋ। ਤੁਹਾਨੂੰ ਯਾਦ ਹੋਣਾ ਜਦੋਂ ਭਗਵੰਤ ਮਾਨ ਗਿਆ ਸੀ ਜਰਮਨੀ, ਉੱਥੇ ਕਿਹਾ ਮੈਂ BMW ਕੰਪਨੀ ਲਿਆਉਂਦੀ ਹੈ, ਅਤੇ BMW ਕੰਪਨੀ ਨੇ ਅਗਲੇ ਦਿਨ ਬਿਆਨ ਦੇ ਦਿੱਤਾ ਸੀ ਕਿ ਅਸੀਂ ਤਾਂ ਕੋਈ ਕਮਿਟਮੈਂਟ ਕੀਤੀ ਨਹੀਂ, ਅਸੀਂ ਤਾਂ ਆਉਣਾ ਹੀ ਨਹੀਂ ਪੰਜਾਬ 'ਚ। ਆਹ ਤਾਂ ਐਡਾ ਵੱਡਾ ਝੂਠਾ ਹੈ। ਚੌਥੀ ਗੱਲ ਕਹਿ ਰਿਹਾ ਕਿ ਅਸੀਂ ਕਰਪਸ਼ਨ 'ਤੇ ਕਾਬੂ ਕਰ ਲਿਆ। ਬੱਚਾ ਬੱਚਾ ਜਾਣਦਾ ਹੈ NOC ਲੈਣੀ ਹੋਏ ਕਿੰਨੇ ਪੈਸੇ ਲੱਗਦੇ ਹੈ, ਰਜਿਸਟਰੀ ਕਰਾਉਣੀ ਹੋਏ ਕਿੰਨੇ ਪੈਸੇ ਲੱਗਦੇ ਹੈ। ਇਹਨਾਂ ਦੇ MLA ਸਾਰੇ ਨਸ਼ਾ ਵੇਚਣ 'ਤੇ ਲੱਗ ਗਏ ਹੈ। ਜਿੰਨੇ ਮੈਨੂੰ SSP ਦੱਸ ਰਹੇ ਸੀ ਕੋਈ, ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਨਸ਼ਾ ਕਿਉਂ ਨਹੀਂ ਘੱਟ ਰਿਹਾ, ਕਹਿੰਦੇ ਕਿ ਜੀ ਆਮ ਆਦਮੀ ਪਾਰਟੀ ਦੇ ਜਿਹੜੇ MLA ਹੈ ਨਸ਼ਾ ਵੇਚਣ ਵਾਲਿਆਂ ਨਾਲ ਉਹਨਾਂ ਨਾਲ ਮਹੀਨਾ ਬੰਨ ਲਿਆ, ਕੋਈ 5 ਲੱਖ ਲੈ ਰਿਹਾ, ਕੋਈ 10 ਲੱਖ ਲੈ ਰਿਹਾ, 15 ਲੱਖ ਲੈ ਰਿਹਾ, ਅਤੇ ਸਾਨੂੰ ਕਿਹਾ ਗਿਆ ਕਿ ਇਸ ਬੰਦੇ ਨੂੰ ਨਿਫੜਨਾ। ਆਹ ਤੁਸੀਂ ਕਰਪਸ਼ਨ ਬੰਦ ਕੀਤੀ ਹੈ? ਤੁਸੀਂ ਅੱਜ ਕਿਸੇ ਵੀ ਦਫ਼ਤਰ ਚਲੇ ਜਾਓ, ਪੈਸੇ ਦੇ ਬਗੈਰ ਕੰਮ ਨਹੀਂ ਹੁੰਦਾ, ਪਹਿਲੇ ਤਾਂ ਕੋਈ ਕੰਮ ਹੀ ਨਹੀਂ ਹੁੰਦਾ। ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਹੈ, ਕਰਪਸ਼ਨ ਬੰਦ ਕਰਤੀ, ਅਮਿਤ ਰਤਨ ਨੂੰ ਫੜਿਆ ਗਿਆ, ਉਹ ਹਾਲੇ ਵੀ ਤੁਹਾਡੇ ਨਾਲ ਬਹਿੰਦਾ ਹੈ? ਜਿਹੜਾ ਤੁਹਾਡਾ ਫੌਜਾ ਸਿੰਘ ਸਰਾਰੀ ਹੈ, ਉਹਦੀ ਵੀਡੀਓ ਟੇਪ ਆ ਗਈ ਹੈ, ਉਹਦੀ ਕਰਪਸ਼ਨ ਦਾ ਫਿਰ ਕੀ ਹੋਇਆ? ਤੁਹਾਡੇ ਨਾਲ ਹੀ ਹੁੰਦਾ ਹੁਣ ਅਮਿਤ, ਜਿਹੜਾ ਹੈਗਾ ਵਿਜੇ ਸਿੰਗਲਾ ਤੁਹਾਡਾ ਹੀ MLA ਹੈ, 3 MLA ਨਾ ਲੈ ਲੈਂਦੇ। ਟਾਰੂ ਚੱਕ ਜਿਹਦੀ ਅਸਲੀਲ ਵੀਡੀਓ ਆ ਗਈਆਂ, ਇਹਨਾਂ ਦੇ ਜਿੰਨੇ ਹੋਰ MLA ਦੇ ਕਿੰਨੇ ਕੇਸ ਆ ਗਏ ਹੈ, ਕੋਈ ਨਸ਼ਾ ਵੇਚਣ ਦਾ ਕੇਸ ਹੋ ਗਿਆ ਜਿਨ੍ਹਾਂ ਦੇ, ਹੁਣ ਉੱਥੇ ਤਰਨ ਤਾਰਨ ਵਿੱਚ ਜਿਹੜਾ ਉੱਥੋਂ ਦਾ MLA ਖਡੂਰ ਸਾਹਿਬ ਦਾ, ਇਹਨਾਂ ਦਾ ਉਹਦੇ ਜਵਾਈ ਨੇ ਉੱਥੇ ਸੈਂਡਮੈਨ ਵੀ ਮਾਫੀਆ ਬਣਿਆ ਫਿਰਦਾ ਸੀ, SSP ਨੇ ਫੜ ਕੇ ਉਹਨੂੰ ਅੰਦਰ ਕੀਤਾ ਅਤੇ ਤੁਸੀਂ ਉਹਨੂੰ ਬਦਲ ਦਿੱਤਾ ਅਤੇ ਆਪਣੇ MLA ਦੇ ਕਹਿਣ 'ਤੇ। ਆਹ ਕਰਪਸ਼ਨ ਤੁਸੀਂ ਬੰਦ ਕੀਤੀ ਹੈ। ਹੁਣ ਚੌਥੀ ਗੱਲ, ਮੈਂ ਹੈਰਾਨ ਹਾਂ ਇਹਨਾਂ ਦੀ,
ਕਿ ਕਨਾਲ ਅਸੀਂ ਨਹਿਰੀ ਪਾਣੀ ਅਸੀਂ ਪੂਰੇ ਪੰਜਾਬ 'ਚ ਦੇਵਾਂਗੇ ਦੇਵਾਂਗੇ, ਆਹ ਇਹਨਾਂ ਦੀ ਕਹਿੰਦੇ ਸਾਡੀ ਪ੍ਰਾਪਤੀ ਹੈ। ਮੈਨੂੰ ਦੱਸ ਦਿਓ ਇੱਕ ਨਹਿਰ ਜਾਂ ਇੱਕ ਕੱਸੀ ਤੁਸੀਂ ਮਨਜ਼ੂਰ ਕੀਤੀ ਹੋਏ, ਇੱਕ ਖਾਲਾ ਮਨਜ਼ੂਰ ਕੀਤਾ ਹੋਏ, ਇੱਕ ਅੰਡਰਗਰਾਊਂਡ ਪਾਈਪ ਦਾ ਕੇਸ ਦਿੱਤਾ ਹੋਏ। ਮੁੱਖ ਮੰਤਰੀ ਜੀ, ਜਿੰਨੀਆਂ ਨਹਿਰਾਂ ਕੱਸੀਆਂ ਬਣੀਆਂ ਅਕਾਲੀ ਦਲ ਦੀ ਸਰਕਾਰਾਂ ਨੇ ਬਣਾਈਆਂ, ਤੁਹਾਡੀ ਸਰਕਾਰ ਨੇ ਤਾਂ ਉਸ ਤਰ੍ਹਾਂ ਦੇਖਿਆ, ਤੁਹਾਨੂੰ ਆਈ ਨਹੀਂ ਪਤਾ, ਤੁਸੀਂ ਇੱਕ ਵਾਰ ਵੀ ਕਿਸੇ ਨਹਿਰ ਅਤੇ ਕੱਸੀ 'ਤੇ ਵੀ ਨਹੀਂ ਜਾ ਕੇ ਦੇਖਿਆ। ਤੁਸੀਂ ਪਾਣੀ ਪੰਜਾਬ ਨੂੰ ਕੀ ਕਿਸਾਨਾਂ ਨੂੰ ਕੀ ਦੇਣਾ ਸੀ, ਤੁਸੀਂ ਰਾਜਸਥਾਨ ਨੂੰ ਜਾ ਕੇ ਬਿਆਨ ਕੀਤਾ, ਇਲੈਕਸ਼ਨਾਂ 'ਚ ਗਏ ਸੀ ਉੱਥੇ ਰਾਜਸਥਾਨ 'ਚ, ਕਿਹਾ ਕਿ ਅਸੀਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਵਾਂਗੇ। ਤੁਹਾਡੇ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਅਸੀਂ ਪੰਜਾਬ ਦਾ ਪਾਣੀ ਅਸੀਂ ਹਰਿਆਣੇ ਨੂੰ ਦੇਵਾਂਗੇ, ਨਾਲੇ ਤੁਸੀਂ ਆਪ ਸੁਪਰੀਮ ਕੋਰਟ ਤੁਸੀਂ ਆਪ ਐਫੀਡੇਵਿਟ ਦਿੱਤਾ ਕਿ ਮੈਂ ਤਾਂ ਪਾਣੀ ਦੇਣ ਨੂੰ ਤਿਆਰ ਹਾਂ ਹਰਿਆਣੇ ਨੂੰ। ਵਿਰੋਧੀ ਪਾਰਟੀਆਂ ਉਹਨਾਂ ਨੂੰ ਤੁਸੀਂ ਕੋਈ ਪ੍ਰਬੰਧ ਕਰੋ ਉਹਨਾਂ ਦਾ, ਅਤੇ ਕਹਿੰਦਾ ਮਤਲਬ ਕਿ ਫੌਜ ਭੇਜੋ ਸਾਡੇ ਕੋਲ ਅਤੇ ਮੈਂ ਤਾਂ ਪਾਣੀ ਦੇ ਦੂੰਗਾ, ਆਹ ਇਹਦੀ ਪ੍ਰਾਪਤੀ ਹੈ। ਫਿਰ ਕਹਿੰਦੇ ਰੋਡ ਸੇਫਟੀ ਫੋਰਸ ਬਣਾਈ ਹੈ, ਬਹੁਤ ਵੱਡੀ ਪ੍ਰਾਪਤੀ ਹੈ ਜੀ, ਰੋਡ ਸੇਫਟੀ ਫੋਰਸ ਮੈਂ ਤਾਂ ਕਿਤੇ ਦੇਖੀ ਨਹੀਂ। ਫਿਰ ਕਹਿੰਦੇ ਟੂਰਿਜ਼ਮ ਸਬਮਿਟ ਕੀਤਾ, ਟੂਰਿਜ਼ਮ ਸਬਮਿਟ ਕੀਤਾ, ਮੈਂ ਉਹਦੇ ਫੋਟੋ ਦੇਖੀਆਂ, ਮੈਨੂੰ ਇੱਕ ਵੱਡੇ ਹੋਟਲਾਂ ਦੇ ਚੇਅਰਮੈਨ ਜਾਂ ਕੋਈ ਮੈਨੇਜਿੰਗ ਡਾਇਰੈਕਟਰ ਕੋਈ ਮੈਨੂੰ ਦਿਖਾਈ ਨਹੀਂ ਦਿੱਤਾ, ਕੋਈ ਟੂਰਿਜ਼ਮ ਟਰੈਵਲ ਏਜੰਸੀ ਟਰੈਵਲ ਏਜੰਟਸ ਦਾ ਕੋਈ ਟੌਪ ਕੰਪਨੀਜ਼ ਦਾ ਕੋਈ ਨੁਮਾਇੰਦਾ ਨਹੀਂ ਦੇਖਿਆ। ਅਤੇ ਬੁਲਾਇਆ ਤੁਸੀਂ ਕਪਿਲ ਸ਼ਰਮਾ ਨੂੰ, ਕਪਿਲ ਸ਼ਰਮਾ ਕੋਈ ਚੀਫ ਗੈਸਟ ਕਪਿਲ ਸ਼ਰਮਾ, ਭਗਵੰਤ ਮਾਨ ਜੀ ਜਦੋਂ ਅਸੀਂ ਸਬਮਿਟ ਕਰਦੇ ਹੁੰਦੇ ਸੀ ਨਾ ਉਦੋਂ ਰਤਨ ਟਾਟਾ ਅੰਬਾਨੀ ਸਾਰੇ ਟੌਪ ਦੀ ਇੰਡਸਟਰੀ ਇੱਥੇ ਆਉਂਦੀ ਸੀ, ਜਦੋਂ ਦੇ ਤੁਸੀਂ ਆਏ ਨਾ ਕੋਈ ਤੁਹਾਨੂੰ ਦੇਖਣ ਨਹੀਂ ਆਉਂਦਾ, ਤੁਹਾਨੂੰ ਮਿਲ ਕੇ ਆਊਗਾ, ਉਹਨਾਂ ਨੂੰ ਪਤਾ ਹੈ ਕਿ ਇਹ ਜਿਹਾ ਬੁਰਾ ਹਾਲ ਤੁਸੀਂ ਪੰਜਾਬ ਦਾ ਕਰ ਦਿੱਤਾ। ਹੁਣ ਇੱਕ ਹੋਰ ਕਰਤੀ ਕਿ ਐਜੂਕੇਸ਼ਨ ਰੈਵੋਲਿਊਸ਼ਨ ਲਿਆਉਂਦੀ, ਅਸੀਂ ਐਜੂਕੇਸ਼ਨ ਰੈਵੋਲਿਊਸ਼ਨ ਲਿਆਉਂਦੀ ਹੈ। ਇੱਕ ਜਿਹੜਾ ਬਾਦਲ ਸਾਹਿਬ ਨੇ ਸਕੂਲ ਆਫ ਐਕਸਲੈਂਸ ਬਣਾਇਆ ਸੀ, ਜਿਹੜਾ ਬਾਦਲ ਸਾਹਿਬ ਨੇ ਜਿਹੜਾ ਮੈਰੀਟੋਰੀਅਸ ਸਕੂਲ ਬਣਾਇਆ ਸੀ ਉਹਨੂੰ ਰੰਗ ਰੋਗਨ ਕਰਕੇ ਇੱਕ ਸਕੂਲ ਨੂੰ ਉਹਦੇ ਫਰਨੀਚਰ ਨਵਾਂ ਲਾ ਕੇ ਪੇਂਟ ਕਰਕੇ ਅਤੇ ਕਹਿੰਦਾ ਐਜੂਕੇਸ਼ਨ ਰੈਵੋਲਿਊਸ਼ਨ ਲਿਆਤੀ ਅਸੀਂ, ਨਾ ਨਹੀਂ ਦੱਸਿਆ ਕੀ ਕਿੰਨੇ ਕਿੱਥੇ ਰੈਵੋਲਿਊਸ਼ਨ ਲਿਆਉਂਦੀ ਹੈ ਕੀ ਪ੍ਰਾਪਤੀ ਹੈ, ਕੁਛ ਨਹੀਂ, ਇਕੱਲਾ ਹੈਡਿੰਗ ਦੇਣੀ ਸੀ ਰੈਵੋਲਿਊਸ਼ਨ ਲਿਆ ਦਿੱਤੀ ਹੈ। ਆਹ ਪੁਆਇੰਟ 'ਤੇ ਤਾਂ ਮੈਨੂੰ ਬੜੀ ਹੈਰਾਨੀ ਹੋਈ, ਇਹਨੇ ਕਿਹਾ ਸੀ ਐਮ ਦੀ ਯੋਗਸ਼ਾਲਾ ਹੈ ਕਿ ਮੈਂ 10,000 ਲੋਕਾਂ ਨੂੰ ਮੈਂ ਯੋਗਾ ਕਰਾਇਆ, ਆਹ ਇਹਦੀ ਵੱਡੀ ਪ੍ਰਾਪਤੀ ਹੈ ਜੀ, ਜਿਹਦੇ 30 ਕਰੋੜ ਰੁਪਏ ਲਾ ਕੇ ਇਸ਼ਤਿਹਾਰ ਵੰਡੇ ਨਾ, ਮਤਲਬ ਯੋਗਾ ਕਰਾਉਣ 'ਤੇ ਇਹਨੇ ਉਦੋਂ ਵੀ 30 ਕਰੋੜ ਰੁਪਏ ਲਾਇਆ ਸੀ ਪੂਰੇ ਦੇਸ਼ ਵਿੱਚ ਦੱਸਣ ਵਾਸਤੇ ਕਿ ਮੈਂ ਯੋਗਾ ਕਰਾਉਣਾ ਇੱਕ ਦਿਨ ਵਾਸਤੇ, ਆਹ ਇਹਨਾਂ ਦੀ ਪ੍ਰਾਪਤੀ ਹੈ ਜੀ ਇਹ 1.5 ਸਾਲ ਦੀ। ਅਤੇ ਫਿਰ ਅਖੀਰ 'ਚ ਕਹਿ ਰਿਹਾ ਅਸੀਂ ਸਪੋਰਟਸ ਪੋਲਿਸੀ ਲਿਆਂਦੀ ਹੈ, ਕੋਈ ਸਪੋਰਟਸ ਪੋਲਿਸੀ ਨਹੀਂ ਹੈ, ਆਹ ਦੇਖੋ ਇਹਨਾਂ ਦੀ ਸਪੋਰਟਸ ਪੋਲਿਸੀ, ਹਰਿਆਣਾ ਜਿਹੜਾ ਏਸ਼ੀਅਨ ਗੇਮਸ ਕੋਈ ਜਿੱਤਦਾ 3 ਕਰੋੜ ਰੁਪਇਆ ਦਿੰਦੇ ਹੈ, ਗੋਲਡ ਮੈਡਲ ਲੈਂਦਾ, ਅਤੇ ਆਪਣੀ ਪੋਲਿਸੀ ਹੈ 1 ਕਰੋੜ ਰੁਪਇਆ, ਆਹ ਇਹਨਾਂ ਦੀ ਪ੍ਰਾਪਤੀ ਹੈ। ਜਿਹੜੇ ਆਪਣੇ ਖਿਲਾੜੀ ਆਏ ਜਿੱਤ ਕੇ ਆਏ ਉਹਨਾਂ ਨੂੰ ਕੋਈ ਤੁਸੀਂ ਜਾ ਕੇ ਮਿਲਿਓ, ਜੇ ਸਪੋਰਟਸ ਪੋਲਿਸੀ ਬਣਾਈ ਜੇ ਸਪੋਰਟਸ ਨੂੰ ਅੱਗੇ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਅਸੀਂ ਸਪੋਰਟਸ ਕਿੱਟ ਵੀ ਦਿੰਦੇ ਹੁੰਦੇ ਸੀ, ਯਾਦ ਕਰੋ ਹਰ ਡਿਸਟ੍ਰਿਕਟ ਕਿੰਨੇ ਸਟੇਡੀਅਮ ਅਸੀਂ ਬਣਾਏ, 13-14 ਤਾਂ ਐਸਟਰੋ ਟਰਫ ਹਾਕੀ ਸਟੇਡੀਅਮ ਬਣਾਏ ਵਰਲਡ ਕਲਾਸ, ਅਤੇ ਅੱਜ ਜਿਹੜੀ ਆਪਣੀ ਟੀਮ ਏਸ਼ੀਅਨ ਗੇਮ 'ਤੇ ਜਿੱਤ ਕੇ ਆਈ ਹੈ 11 ਪਲੇਅਰਾਂ ਵਿੱਚੋਂ 10 ਪੰਜਾਬ ਦੇ ਹੈ,
ਜਿੰਨੀ ਅਸੀਂ ਦੂਜੀਆਂ ਸਪੋਰਟਸ ਫੈਸਿਲਿਟੀਆਂ ਬਣਾਈਆਂ, ਭਾਵੇਂ ਤੁਸੀਂ ਮੋਹਾਲੀ ਚਲੇ ਜਾਓ, ਭਾਵੇਂ ਲੁਧਿਆਣੇ ਚਲੇ ਜਾਓ, ਭਾਵੇਂ ਜਲੰਧਰ ਚਲੇ ਜਾਓ, ਭਾਵੇਂ ਤੁਸੀਂ ਬਠਿੰਡੇ ਚਲੇ ਜਾਓ, ਫਰੀਦਕੋਟ ਚਲੇ ਜਾਓ, ਸਾਰੀਆਂ ਹੀ ਉਦੋਂ ਬਣੀਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਇੱਕ ਵੀ ਨਵਾਂ ਸਟੇਡੀਅਮ ਦੱਸ ਦਿਓ, ਇੱਕ ਵੀ ਨਵੀਂ ਫੈਸਿਲਿਟੀ ਦੱਸ ਦਿਓ। ਤੁਸੀਂ ਤਾਂ ਡਾਇਟ ਮਨੀ ਵੀ ਘਟਾਤੀ ਸਪੋਰਟਸਮੈਨ ਦੀ। ਮੈਂ ਪੰਜਾਬ ਦੀ ਜਨਤਾ ਨੂੰ ਅਖੀਰ ਬੇਨਤੀ ਕਰਨਾ ਚਾਹੁੰਦਾ, ਰੋਜ਼ ਝੂਠ ਤੇ ਝੂਠ, ਝੂਠ ਤੇ ਝੂਠ, ਆਹ ਇਸ਼ਤਿਹਾਰ 750 ਕਰੋੜ ਰੁਪਇਆ ਆਹ ਝੂਠ ਤੇ ਲਾਉਂਦੇ ਆ ਹਰ ਰੋਜ਼, 750 ਕਰੋੜ। 25% ਇਹਦਾ ਕਮਿਸ਼ਨ ਆਮ ਆਦਮੀ ਪਾਰਟੀ ਕੋਲ ਜਾਂਦਾ ਹੈ ਏਜੰਸੀਆਂ ਤੋਂ, 25%। ਸ਼ਰਾਬ ਘੁਟਾਲਾ ਦੇਖ ਲਓ ਕਿੱਡਾ ਵੱਡਾ ਕੀਤਾ ਹੈ। ਦਿੱਲੀ ਤਾਂ ਫੜੇ ਗਏ ਨੇ ਮੰਤਰੀ, ਹੁਣ ਪੰਜਾਬ 'ਚ CBI ਇਨਵੈਸਟੀਗੇਟ ਕਰ ਰਹੇ, ਕਿਸੇ ਦਿਨ ਭਗਵੰਤ ਮਾਨ ਤੇ ਸਾਰੇ ਇਹਨਾਂ ਦੇ ਫੜੇ ਜਾਣਗੇ। ਆਮ ਆਦਮੀ ਪਾਰਟੀ ਦਾ ਨਾਂ ਲੁਟੇਰਿਆਂ ਦੀ ਪਾਰਟੀ ਕਰਨਾ ਚਾਹੀਦਾ। ਆਮ ਆਦਮੀ ਦੇ ਨਾਂ ਨੂੰ ਮਿਸਯੂਜ਼ ਕਰਕੇ ਉਹਨਾਂ ਨੇ ਆਪਣੀ ਢੋਂਗੀ ਪਾਰਟੀ ਬਣਾਈ ਹੈ ਇਕੱਲੇ ਲੁੱਟਣ 'ਤੇ। ਅੱਜ ਜੋ ਪੰਜਾਬ ਦਾ ਹਾਲ ਹੈ, 50,000 ਕਰੋੜ ਰੁਪਈਆ ਕਰਜ਼ਾ ਤੁਸੀਂ ਚਾੜ ਦਿੱਤਾ 1.5 ਸਾਲ ਦੇ ਅੰਦਰ, ਅਤੇ ਇੱਕ ਨਵੀਂ ਸੜਕ ਦਾ ਨਾਂ ਨਹੀਂ ਲਿੱਤਾ ਤੁਸੀਂ, ਮੈਂ ਆਹ ਕੀਤਾ ਨਾ, ਇੱਕ ਹਾਈਵੇ ਦਾ ਨਾਂ ਨਹੀਂ ਦਿੱਤਾ, ਇਹ ਕੋਈ ਏਅਰਪੋਰਟ ਦਾ ਨਾਂ ਨਹੀਂ, ਕੋਈ ਮੈਡੀਕਲ ਕਾਲਜ ਦਾ ਨਹੀਂ, ਤੁਹਾਡਾ ਫਿਰ 50,000 ਕਰੋੜ ਰੁਪਇਆ ਲੱਗਿਆ ਕਿੱਥੇ ਹੈ? ਯੋਗਾ ਕਰਾਉਣ ਵਾਸਤੇ ਇੱਥੇ ਲੱਗਿਆ? ਯੋਗਾ ਕਰਾਉਣ ਵਾਸਤੇ ਲੱਗਿਆ? ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਆਹ ਜਿਹੜੇ ਇਸ਼ਤਿਹਾਰ ਹੈ ਆਪਾਂ ਸਾਰੇ, ਮੈਨੂੰ ਲੱਗਦਾ ਹਾਈਕੋਰਟ ਅਪਰੋਚ ਕਰੀਏ ਕਿ 750 ਕਰੋੜ ਰੁਪਇਆ ਪੰਜਾਬ ਦਾ ਆ ਬਰਬਾਦ ਕਰ ਰਹੇ ਹੈ। ਗਰੀਬ ਨੂੰ ਸ਼ਗਨ ਨਹੀਂ ਮਿਲ ਰਿਹਾ, ਗਰੀਬ ਦੀ ਪੈਨਸ਼ਨ ਕੱਟ ਦਿੱਤੀ ਗਈ ਹੈ, ਆਟਾ ਦਾਲ ਦੀ ਸਕੀਮ ਬਾਦਲ ਸਾਹਿਬ ਵਾਲੀ ਇਹਨਾਂ ਨੇ ਬੰਦ ਕਰ ਦਿੱਤੀ ਹੈ, ਅਤੇ ਜਿਹੜੀ ਕਣਕ ਹੁਣ ਆ ਰਹੀ ਹੈ ਉਹ ਵੀ ਸੈਂਟਰ ਦੀ ਕਰੋਨਾ ਟਾਈਮ ਦੀ ਜਿਹੜੀ ਅਲੋਕੇਸ਼ਨ ਸੀ ਉਹੀ ਆ ਰਹੀ ਹੈ। ਇੱਕ ਵੀ ਨਵੀਂ ਚੀਜ਼, ਇੱਕ ਵੀ ਸਹੂਲਤ ਨਹੀਂ ਪੰਜਾਬ 'ਚ ਪਿਛਲੇ 1.5 ਸਾਲ 'ਚ। ਸੋ ਇਸ ਕਰਕੇ ਅੱਜ ਤਾਈਓ ਮੈਂ ਸੋਚਿਆ ਕਿ ਜਦੋਂ ਮੈਂ ਦੇਖਿਆ ਸਾਰਾ ਝੂਠ, ਮੈਂ ਕਿਹਾ ਪੰਜਾਬ ਦੀ ਜਨਤਾ ਨਾਲ ਮੈਂ ਆਪਣੇ ਵਿਚਾਰ ਜ਼ਰੂਰ ਰੱਖਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।